ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਸਿੰਗ ਰਵਿੰਦਰ ਆਪਣਾ ਫਸਟ ਵਲੋਗ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਇਆਂਗਾ। ਉਮੀਦ ਹੈ ਤੁਹਾਨੂੰ ਪਸੰਦ ਆਏਗਾ। ਅਤੇ ਮੇਰਾ ਫਸਟ ਵਲੋਗ ਹੈਗਾ ਮੱਕੀ 'ਤੇ। ਮੱਕੀ ਅਸੀਂ ਲਗਾਈ ਸੀਗੀ ਕਣਕ ਵੱਢਣ ਤੋਂ ਬਾਅਦ, ਅਤੇ ਸਾਨੂੰ ਮੇਨ ਪਰਪਸ ਸੀਗਾ ਮੱਕੀ ਲਗਾਉਣ ਦਾ ਕਿ ਜਿਹੜਾ ਅਸੀਂ ਮੱਝਾਂ ਨੂੰ ਫੀਡ ਵਜੋਂ ਲਿਆ ਕੇ ਬਾਜ਼ਾਰੋਂ ਮੁੱਲ ਦਾ ਪਾਉਂਦੇ ਹਾਂਗੇ, ਉਹ ਅਸੀਂ ਖੁਦ ਘਰ ਦਾ ਤਿਆਰ ਕਰ ਸਕੀਏ, ਅਤੇ ਕਾਫ਼ੀ ਹੱਦ ਤੱਕ ਸਫਲ ਹੋਏ ਹਾਂਗੇ। ਅੱਧੇ ਕਿੱਲੇ ਵਿੱਚ ਲਗਾਈ ਸੀਗੀ ਮੱਕੀ, ਇੰਨੀ ਨਿਕਲੀ ਆ, ਅਤੇ ਇਹ ਲਗਭਗ ਪੂਰਾ ਸਾਲ ਚੱਲੂਗੀ। ਅਤੇ ਜਿਹੜਾ ਅਸੀਂ ਮੱਝਾਂ ਦੇ ਉੱਪਰ 14-15 ਹਜ਼ਾਰ ਦੀ ਜਿਹੜੀ ਫੀਡ ਲਿਆ ਕੇ ਅਸੀਂ ਉਹਨਾਂ ਨੂੰ ਬਣਾ ਕੇ ਦਿੰਦੇ ਸੀਗੇ, ਉਹ ਸਾਨੂੰ ਕਿਤੇ ਨਾ ਕਿਤੇ ਘਾਟੇ ਦਾ ਸੌਦਾ ਲੱਗਦਾ ਸੀ। ਨਾ ਤਾਂ ਉਹਦੇ ਵਿੱਚ ਇਹ ਆਪਾਂ ਕਹਿ ਸਕਦੇ ਸੀਗੇ ਪੂਰੀ ਵਧੀਆ ਚੀਜ਼ ਆਪਾਂ ਨੂੰ ਦਿੰਦੇ ਨੇ ਬਣਾ ਕੇ, ਉਹ ਪਤਾ ਨਹੀਂ ਕਿੱਦਾਂ ਦੀ ਦਿੰਦੇ ਸੀਗੇ ਕਿੱਦਾਂ ਦੀ ਨਹੀਂ ਦਿੰਦੇ ਹੈਗੇ। ਅਤੇ ਇਹ ਅਸੀਂ ਅੱਧੇ ਕਿੱਲੇ 'ਚ ਲਗਾਈ ਸੀਗੀ ਮੱਕੀ, ਇਹ ਤਕਰੀਬਨ 7,000 ਖਰਚਾ ਆਇਆ ਸਾਡਾ ਇਸ 'ਤੇ, ਅਤੇ ਹੁਣ ਇਹ ਪੂਰਾ ਸਾਲ ਭਰ ਚੱਲੂਗੀ। ਅਤੇ ਮੈਨੂੰ ਲੱਗਦਾ ਹੈਗਾ ਬਹੁਤ ਵਧੀਆ ਸਾਡਾ ਆਈਡੀਆ ਰਿਹਾ ਹੈ, ਅਤੇ ਤੁਸੀਂ ਵੀ ਟਰਾਈ ਕਰ ਸਕਦੇ ਹੋ, ਅਤੇ ਐਕਸਪੀਰੀਅੰਸ ਕਰ ਸਕਦੇ ਹਾਂ। ਥੈਂਕ ਯੂ।